راجੇ ਨੈਕਸਟ ਸਿਕਸ ਸਮ ਕਰਦੇ ਆ देयर इज ਅ ਨੈਰੋ ਰੈਕਟੈਂਗੂਲਰ ਪਲਾਟ ਰਿਜ਼ਰਵਡ ਫਾਰ ਅ ਸਕੂਲ ਮਤਲਬ ਕਿ ਸਾਡੇ ਕੋਲ ਇੱਕ ਪਲਾਟ ਆ ਰੈਕਟੈਂਗਲ ਦੀ ਸ਼ੇਪ ਦਾ ਜਿਹੜਾ ਸਕੂਲ ਲਈ ਰਿਜ਼ਰਵ ਕੀਤਾ ਗਿਆ ਆ ਇਨ ਮਾਹੋਲੀ ਵਿਲੇਜ ਦ ਲੈਂਥ ਐਂਡ ਦ ਬ੍ਰੈਥ ਆਫ ਅ ਪਲਾਟ ਆਰ ਇਨ ਦ ਰੇਸ਼ੋ 11:4 ਹੁਣ ਸਾਨੂੰ ਪਲਾਟ ਜਿਹੜਾ ਰੈਕਟੈਂਗਲ ਪਲਾਟ ਆ ਉਹਦੀ ਲੈਂਥ ਬ੍ਰੈਥ ਦਿੱਤੀ ਨਹੀਂ ਆ ਜਸਟ ਰੇਸ਼ੋ 기ਵਨ ਆ 11 4 a ratio 4 that means koi ek number hai jada multiple ho reya dono de naal common because 11:4 given hai that means assi length kinni man sakde ha 11x te breadth kinni man sakde ha 4x ako ki kiya unhane at the rate of rupees 100 per meter it will cost the village panchayat at rupees 75000 ਟੂ ਫੈਂਸ ਦਾ ਪਲਾਟ ਮਤਲਬ ਉਹ ਜਿਹੜਾ ਵੀ ਪਲਾਟ ਆ ਸਕੂਲ ਦੇ ਲਈ ਰਿਜ਼ਰਵ ਕੀਤਾ ਗਿਆ ਉਹਨੂੰ ਕੀ ਕਰਨਾ ਚਾਹੁੰਦੇ ਆ ਵਾਰਡ ਲਗਾਉਣਾ ਚਾਹੁੰਦੇ ਉਹਦੇ ਦੁਆਲੇ ਜਿਵੇਂ ਆਪਾਂ ਕਹਿ ਲਈ ਕਿ ਖੇਤ ਨੂੰ ਆਪਾਂ ਤਾਰਾਂ ਦੀ ਵਾਰਡ ਲਗਾ ਲੈਣੇ ਆ ਵਾਟ ਆਰ ਦਾ ਡਾਈਮੈਂਸ਼ਨਸ ਆਫ ਦਾ ਪਲਾਟ ਅਸੀਂ ਕੀ ਨਿਕਾਲਦੇ ਆ ਉਹਦੀਆਂ ਡਾਈਮੈਂਸ਼ਨਸ ਨਿਕਾਲਦੇ ਆ ਯਾਨੀ ਕਿ ਲੈਂਥ ਤੇ ਬ੍ਰੈਥ ਨਿਕਾਲਨੀ ਆ ਹੁਣ ਸਾਨੂੰ ਕਾਸਟ ਪਰ ਮੀਟਰ ਦੀ ਵੀ ਗਿਵਨ ਹੈ ਤੇ ਟੋਟਲ ਕਾਸਟ ਵੀ ਗਿਵਨ ਹੈ ਥੈਟ ਮੀਨਸ ਆਪਾਂ ਨੂੰ ਕੀ ਨਿਕਾਲਨੀ ਪਊਗੀ ਪਹਿਲਾਂ ਟੋਟਲ ਲੈਂਥ ਨਿਕਾਲ ਲੈਣੇ ਪਲਾਟ ਦੀ ਟੋਟਲ ਲੈਂਥ ਪਲਾਟ ਦੀ ਨਿਕਾਲਣ ਲਈ ਆਪਾਂ ਕੀ ਨਿਕਾਲਾਂਗੇ ਉਹਦਾ ਪੈਰੀਮੀਟਰ ਆਪਾਂ ਨੂੰ ਪਤਾ ਹੈ ਪੈਰੀਮੀਟਰ ਰੈਕਟੈਂਗਲ ਕੀ ਹੁੰਦਾ 2 * l ਆਈ ਪਲੱਸ ਬੀ ਔਰ ਲੈਂਥ ਵੀ ਆਪਣੇ ਕੋਲ ਹੈਗੀ ਹੈ ਦੈਟ ਇਜ਼ 11x ਬ੍ਰੈਥ ਕਿੰਨੀ ਆਪਣੇ ਕੋਲ 4x ਇਹ ਆ ਗਿਆ 2 15x ਯਾਨੀ ਕਿ 30x ਟੋਟਲ ਪੈਰੀਮੀਟਰ ਆ ਗਿਆ ਆਪਣੇ ਕੋਲ 30x ਹੁਣ ਆਪਾਂ ਨੂੰ ਪਤਾ ਹੈ ਕਿ 1 ਮੀਟਰ 100 ਮੀਟਰਸ ਕੇ ਸੌਰੀ ਜਿਹੜੀ ਉਹਨੂੰ ਫੈਂਸ ਕਰਨ ਦੀ ਵਾਰ ਲਗਾਉਣ ਦੀ ਜਿਹੜਾ ਕੋਸਟ ਹੈ ਉਹ ਰੁਪੀਏ 100 ਆ ਪਰ ਮੀਟਰ ਤੇ ਟੋਟਲ ਕੋਸਟ ਕਿੰਨੀ ਆ 75000 ਹੈ ਨਾ ਯਾਨੀ ਕਿ ਜਿੰਨਾ ਸਾਡਾ ਪੈਰੀਮੀਟਰ ਆ ਮਲਟੀਪਲਾਈ ਕੇ ਦੇ ਨਾਲ 100 ਨਾਲ ਕਿਉਂਕਿ ਟੋਟਲ ਇਹੀ ਆ ਜਾਊਗਾ ਸਾਡੇ ਕੋਲ ਕਿੰਨੀ ਕੋਸਟ ਆਂਦੀ ਭਈ ਟੋਟਲ 75000 ਹੁਣ ਅਸੀਂ ਇਹਨੂੰ ਮਲਟੀਪਲਾਈ ਕਰਾਂਗੇ 3000x सैवंटी फाइव थाउजेंड एक्स की वैल्यू निकालेंगे के सैवनटी फाइव थाउजेंड डिवाइड बाय थ्री थाउजेंड थ्री जीरोज़ नाल थ्री जीरोज़ कैंसल सैवनटी फाइव अपॉन थ्री की आ गया अपने कोल ट्वेंटी फाइव हम की चाहिए हैं डायमेंशनस यानी कि लेंथ ऑफ रैक्टेंगल की मन के चलें इलेवन एक्स यानी कि इलेवन मल्टीप्लाई ट्वेंटी फाइव ट्वेंटी फाइव में इलेवन मल्टीप्लाई कर दैट इज़ टू सैवंटी फाइव मीटर और इस तरह ब्रैथ दैट इज़ फोर एक्स ਯਾਨੀ yani ਕਿ 4 25 ਥੈਟਸ 100 ਮੀਟਰ ਕਲੀਅਰ ਹੈ ਜੀ